ਪੰਜਾਬ ਦੇ ਵਿੱਚ 18 ਸਾਲ ਤੋਂ ਘੱਟ ਉਮਰ ਦੇ ਜੇਕਰ ਬੱਚੇ 2-wheeler ਚਲਾਉਂਦੇ ਹੋਏ ਨਜ਼ਰ ਆਉਣਗੇ ਤਾਂ ਉਹਨਾਂ ਦੇ ਮਾਪਿਆਂ ਦੇ ਉੱਤੇ ਵੀ ਕਾਰਵਾਈ ਜਿਹੜੀ ਹੈ ਉਹ ਪੁਲਿਸ ਵੱਲੋਂ ਕੀਤੀ ਜਾਏਗੀ। ਹਾਲਾਂਕਿ 20 ਦਿਨ ਦਾ ਸਮਾਂ ਵੀ ਦਿੱਤਾ ਗਿਆ ਸੀ, ਪਰ ਜੋ ਪੁਲਿਸ ਹੈ ਲਗਾਤਾਰ ਸਕੂਲਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਅਵੇਅਰ ਵੀ ਕਰਦੀ ਹੋਈ ਨਜ਼ਰ ਆਈ, ਤਾਂ ਅੱਜ ਕਾਰਵਾਈ ਜਿਹੜੀ ਹੈ ਉਹ ਉਹਨਾਂ ਵੱਲੋਂ ਕੀਤੀ ਜਾ ਰਹੀ। ਤੁਸੀਂ ਦੇਖੋ ਕਿ ਜਿਹੜੇ ਵਿਦਿਆਰਥੀ ਨੇ ਜਿਹੜੇ ਭਾਵੇਂ ਉਹ 10ਵੀਂ ਕਲਾਸ ਦੇ ਵਿਦਿਆਰਥੀ ਹੋਣ ਜਾਂ ਪਲੱਸ 2 ਦੇ, ਤਾਂ 2-wheeler ਲੈ ਕੇ ਵੱਡੀ ਗਿਣਤੀ ਦੇ ਵਿੱਚ ਸਕੂਲ ਪਹੁੰਚਦੇ ਨੇ। ਹਾਲਾਂਕਿ ਬੱਚਿਆਂ ਨੂੰ ਅਵੇਅਰ ਕਰਨ ਦੇ ਲਈ ਪੁਲਿਸ ਜੋ ਹੈ ਉਹ ਇੱਥੇ ਰੋਕ ਰਹੀ ਹੈ, ਪਰ ਕਿਤੇ ਨਾ ਕਿਤੇ ਇਹਨਾਂ ਦੇ ਮਾਪਿਆਂ ਨੂੰ ਇਸਦਾ ਜਿਹੜਾ ਖਮਿਆਜ਼ਾ ਉਹ ਭੁਗਤਣਾ ਪੈ ਸਕਦਾ। ਬੱਚੇ ਸਾਡੇ ਨਾਲ ਨੇ, ਬੱਚੇ ਵੈਸੇ ਇਹ ਜਿਹੜੀ ਗੱਲ ਤਾਂ ਗਲਤ ਹੈ, ਤੁਸੀਂ ਸਮਝਦੇ ਹੋ ਕਿ ਜੇ ਸਰਕਾਰ ਨੇ ਕਿਹਾ ਕਿ ਲਾਇਸੈਂਸ ਨਹੀਂ ਹੈ ਤਾਂ ਕੀ ਕਹਿਣਾ ਚਾਹੋਗੇ? ਪੁਲਿਸ ਹੁਣ ਤੁਹਾਨੂੰ ਰੋਕ ਰਹੀ ਹੈ, ਗਰਮੀ ਹੈ। ਦੇਖੋ ਅਸੀਂ ਲਰਨਿੰਗ ਲਾਇਸੈਂਸ ਤੇ ਬਣਵਾ ਚੁੱਕੇ ਹਾਂ, ਹੈ ਨਾ, ਲਰਨਿੰਗ ਲਾਇਸੈਂਸ ਬਣਾਇਆ ਹੋਇਆ ਦੀਦੀ ਦੇ 17 ਤੋਂ ਅਬਵ ਏਜ ਆ, ਅਤੇ ਉਹ ਹੁਣ ਵੈਸੇ ਤਾਂ ਉਹਦੇ 'ਚ ਲਿਖਿਆ ਹੋਇਆ ਕਿ ਬਿਨਾਂ ਗੇਅਰਾਂ ਵਾਲੀ, ਐਕਟਿਵਾ 'ਤੇ ਗੇਅਰ ਨਹੀਂ ਹੁੰਦੇ, ਅਤੇ ਅਸੀਂ ਐਕਟਿਵਾ 'ਤੇ ਜਾ ਰਹੇ ਹਾਂ। ਲਰਨਿੰਗ ਲਾਇਸੈਂਸ ਹੈਗਾ ਸਾਡੇ ਤੋਂ। ਵੈਸੇ ਪੁਲਿਸ ਤਾਂ ਅਵੇਅਰ ਹੀ ਕਰ ਰਹੀ ਹੈ, ਹਾਲੇ ਫਿਲਹਾਲ ਤਾਂ ਕਾਰਵਾਈ ਰੂਲਸ ਤੇ ਰੂਲਸ ਨੇ ਸਾਰਿਆਂ ਲਈ ਇਕੁਅਲ ਨੇ, ਹੈ ਨਾ, ਜਿਹੜਾ ਵੀ ਆ ਹੁਣ ਉਹਨਾਂ ਨੇ ਰੂਲਸ ਬਣਾਏ ਆ ਉਹ ਚਾਹੁੰਦੇ ਆ ਕਿ, ਹੈ ਨਾ, ਮਤਲਬ ਤੁਹਾਡੀ ਕੀਮਤੀ ਜਾਨ ਬਚਾਉਣਾ ਚਾਹੁੰਦੇ। ਹਾਂਜੀ ਕਿ ਜਿਵੇਂ ਕਾਫੀ ਐਕਸੀਡੈਂਟ ਹੁੰਦੇ ਆ, ਮਤਲਬ ਅਸੀਂ ਤੇ ਭਾਵੇਂ ਸੇਫਟੀ ਨਾਲ ਚਲਾਈਏ ਕੋਈ ਹੋਰ ਸਾਈਡ ਤੋਂ ਮਾਰ ਜੇ, ਹੈ ਨਾ, ਉਹ ਤੇ ਉਹ ਅਵੇਅਰ ਕਰਨਾ ਚਾਹੁੰਦੇ, ਉਹ ਵਧੀਆ ਗੱਲ ਆ ਕਿ ਗਵਰਨਮੈਂਟ ਜਿਹੜੇ ਇਦਾਂ ਦੇ ਫੈਸਲੇ ਲੈ ਰਹੀ ਆ। ਬਾਕੀ ਜਿਨ੍ਹਾਂ ਨੇ ਲਰਨਿੰਗ ਲਾਇਸੈਂਸ ਬਣਾਇਆ ਆ ਉਹ ਵੈਸੇ ਜਿਹੜੇ ਥੱਲੇ ਏਜ ਵਾਲੇ ਆ 16 ਸਾਲ ਤੋਂ ਥੱਲੇ, ਸਾਰੇ ਬੱਚੇ ਹੈਲਮੈਟ ਵੀ ਨਹੀਂ ਪਾਉਂਦੇ। ਹਾਂਜੀ ਬਿਨਾਂ ਹੈਲਮੈਟ ਤੋਂ ਕਈ ਚਲਾਉਂਦੇ ਨੇ, ਤੇ ਉਹ ਚੀਜ਼ ਗਲਤ ਆ ਵੈਸੇ, ਤੇ ਉਹਨਾਂ ਨੂੰ ਕਰਨੀ ਨਹੀਂ ਚਾਹੀਦੀ, ਪਰ ਗਵਰਨਮੈਂਟ ਵਧੀਆ ਵੈਸੇ ਮੇਰੇ ਅਕੋਰਡਿੰਗਲੀ ਠੀਕ ਆ, ਉਹਨਾਂ ਨੇ ਰੂਲਸ ਬਣਾਇਆ ਟਰੈਫਿਕ। ਬਿਲਕੁਲ, ਇਹ ਬੱਚੇ ਸਹਿਮਤ ਵੀ ਨੇ ਔਰ ਉਹਨਾਂ ਦਾ ਕਹਿਣਾ ਕਿ ਕੀਮਤੀ ਜਾਨਾਂ ਜਿਹੜੀਆਂ ਨੇ ਬੱਚਿਆਂ ਦੀਆਂ ਉਹਨਾਂ ਨੂੰ ਬਚਾਉਣ ਦੇ ਲਈ ਹੀ ਇਹ ਜਿਹੜਾ ਸਾਰਾ ਕੁਝ ਕੀਤਾ ਜਾ ਰਿਹਾ, ਪਰ ਕਿਤੇ ਨਾ ਕਿਤੇ ਪਰੇਸ਼ਾਨੀ ਜਿਹੜੀ ਹੈ ਉਹ ਇਹਨਾਂ ਦੇ ਮਾਪਿਆਂ ਨੂੰ ਜ਼ਰੂਰ ਝੱਲਣੀ ਪੈ ਸਕਦੀ ਹੈ, ਕਿਉਂਕਿ ਛੋਟੇ ਬੱਚੇ ਨੇ ਔਰ ਇਹਨਾਂ ਬੱਚਿਆਂ ਦੀ ਜਿਹੜੀ ਕੀਮਤੀ ਜਾਨ ਹੈ ਉਹ ਕਿਸੇ ਤਰੀਕੇ ਦੇ ਨਾਲ ਜੋਖਮ ਦੇ ਵਿੱਚ ਨਾ ਪਵੇ। ਤਾਂ 1 ਅਗਸਤ ਤੋਂ ਪਹਿਲਾਂ ਇਹ ਜਿਹੜਾ ਕਾਨੂੰਨ ਹੈ ਉਹ ਲਾਗੂ ਹੋਣਾ ਸੀ, ਪਰ 20 ਦਿਨ ਦਾ ਸਮਾਂ ਦਿੱਤਾ ਗਿਆ ਤਾਂ ਕਿ ਲੋਕ ਜਿਹੜੇ ਨੇ ਉਹ ਅਵੇਅਰ ਹੋ ਸਕਣ। ਤਾਂ ਇਹ ਬੱਚੇ ਤੁਸੀਂ ਦੇਖੋ ਕਿ ਉਹਨਾਂ ਨੂੰ ਇਸ ਬਾਰੇ ਪਤਾ ਵੀ ਹੈ, ਪਰ ਉਹਨਾਂ ਦਾ ਕਹਿਣਾ ਹੈ ਕਿ ਕਈ ਵਾਰ ਕਿਉਂਕਿ ਮਾਪੇ ਹਰ ਕਿਸੇ ਬੱਚੇ ਨੂੰ ਸਕੂਲ ਛੱਡਣ ਜਾਂ ਲੈ ਕੇ ਜਾਣ ਦੇ ਸਮਰੱਥ ਨਹੀਂ ਹੁੰਦੇ, ਕੁਝ ਵਰਕਿੰਗ ਹੁੰਦੇ ਨੇ, ਤਾਂ ਇਸ ਕਰਕੇ ਬੱਚੇ ਵਹੀਕਲ ਲੈ ਕੇ ਜੋ ਹੈ ਸਕੂਲਾਂ ਨੂੰ ਆਉਂਦੇ ਨੇ। ਤਾਂ ਜ਼ਿਆਦਾਤਰ ਤੁਸੀਂ ਦੇਖੋ ਕਿ ਜਿਹੜੀਆਂ ਬੱਚੀਆਂ ਨੇ ਉਹ ਐਕਟਿਵਾ ਉਹਨਾਂ ਦੇ ਕੋਲ ਹੈ, ਤਾਂ ਉਹਨਾਂ ਦਾ ਕਹਿਣਾ ਕਿ ਅਸੀਂ ਸਰਕਾਰ ਔਰ ਪੁਲਿਸ ਦੇ ਨਾਲ ਬਿਲਕੁਲ ਸਹਿਮਤ ਹਾਂ, ਪਰ ਕਿਸੇ ਨਾ ਕਿਸੇ ਮਜਬੂਰੀ ਕਰਕੇ ਉਹਨਾਂ ਨੂੰ 2-wheeler ਦੇ ਉੱਤੇ ਸੜਕਾਂ ਦੇ ਉੱਤੇ ਆਉਣਾ ਪੈਂਦਾ। ਤਾਂ ਇੱਕ ਜਿਹੜਾ ਬੱਚੀ ਨੇ ਬੜੀ ਵਧੀਆ ਗੱਲ ਕਹੀ ਕਿ ਅਸੀਂ ਜੇਕਰ ਸਹੀ ਵੀ ਚਲਾ ਰਹੇ ਹਾਂ ਤਾਂ ਕਈ ਵਾਰ ਕੋਈ ਹੋਰ ਜਿਹੜਾ ਦੂਸਰਾ ਰੈਸ਼ ਡਰਾਈਵਿੰਗ ਕਰਦਾ, ਜਿਸ ਕਰਕੇ ਖਮਿਆਜ਼ਾ ਜੋ ਹੈ ਉਹ ਵਾਹਨ ਚਾਲਕ ਨੂੰ ਭੁਗਤਣਾ ਪੈਂਦਾ। ਤਾਂ ਅੱਜ ਪੁਲਿਸ ਵੱਲੋਂ ਇੱਕ ਸਕੂਲ ਦੇ ਬਾਹਰ ਬਕਾਇਦਾ ਤੌਰ 'ਤੇ ਨਾਕਾ ਲਗਾਇਆ ਗਿਆ, ਉੱਥੇ ਇਹਨਾਂ ਬੱਚਿਆਂ ਨੂੰ ਰੋਕਿਆ ਜਾ ਰਿਹਾ, ਔਰ ਜਿਹੜੇ ਸੀਨੀਅਰ ਅਧਿਕਾਰੀ ਨੇ ਟ੍ਰੈਫਿਕ ਪੁਲਿਸ ਦੇ ਉਹ ਵੀ ਇੱਥੇ ਪਹੁੰਚਣਗੇ। ਉਹਨਾਂ ਵੱਲੋਂ ਇਹਨਾਂ ਬੱਚਿਆਂ ਨੂੰ ਸਮਝਾਇਆ ਜਾਏਗਾ ਕਿ ਇਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ 2-wheeler ਲੈ ਕੇ ਉਹ ਨਾ ਨਿਕਲਣ, ਕਿਉਂਕਿ ਇਹਨਾਂ ਦੀ ਇੱਕ ਗਲਤੀ ਦਾ ਜਿਹੜਾ ਖਮਿਆਜ਼ਾ ਉਹ ਉਹਨਾਂ ਦੇ ਮਾਪਿਆਂ ਨੂੰ ਭੁਗਤਣਾ ਪੈ ਸਕਦਾ। ਤਾਂ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੀਆਂ, ਤੁਸੀਂ ਦੇਖ ਸਕਦੇ ਹੋ ਕਿ ਸਕੂਲ ਤੋਂ ਇਸ ਵੇਲੇ ਛੁੱਟੀ ਹੋਈ ਹੈ, ਤਾਂ ਜਿੰਨੀਆਂ ਵੀ ਸਕੂਲ ਵੈਨਸ ਨੇ ਜਾਂ ਉਹਨਾਂ ਤੋਂ ਇਲਾਵਾ 2-wheeler ਦੇ ਉੱਤੇ ਜਿਹੜੇ ਬੱਚੇ ਅਕਸਰ ਸਕੂਲਾਂ ਦੇ ਲਈ ਆਉਂਦੇ ਨੇ, ਤਾਂ ਉਹਨਾਂ ਨੂੰ ਸਕੂਲ ਤੋਂ ਕੁਝ ਦੂਰੀ ਦੇ ਉੱਤੇ ਰੋਕਿਆ ਜਾ ਰਿਹਾ। ਤਾਂ ਇਹ ਬੱਚੇ ਨੇ ਜਿਹੜੇ ਕਿ ਇਸ ਗੱਲ ਨੂੰ ਸਮਝਦੇ ਵੀ ਨੇ, ਪਰ ਫਿਰ ਵੀ ਕਿਤੇ ਨਾ ਕਿਤੇ ਉਹਨਾਂ ਵੱਲੋਂ ਕਾਨੂੰਨ ਜਿਹੜਾ ਉਸਨੂੰ ਤੋੜਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾਂਦੀ।
ਤਾਂ ਅੱਜ ਅੰਮ੍ਰਿਤਸਰ ਦੇ ਵਿੱਚ ਟ੍ਰੈਫਿਕ ਪੁਲਿਸ ਦੀ ਸਖਤੀ ਨਜ਼ਰ ਆ ਰਹੀ ਹੈ ਉਹਨਾਂ ਲੋਕਾਂ ਦੇ ਖਿਲਾਫ਼ ਜਾਂ ਫਿਰ ਉਹਨਾਂ ਮਾਪਿਆਂ ਦੇ ਖਿਲਾਫ਼ ਜਿਹੜੇ ਆਪਣੇ ਬੱਚਿਆਂ ਦੀ ਜਾਨ ਨੂੰ ਜੋਖਿਮ ਦੇ ਵਿੱਚ ਪਾ ਕੇ ਟੂ ਵੀਲਰ ਦੇ ਉੱਤੇ ਸਕੂਲਾਂ 'ਚ ਭੇਜਦੇ ਨੇ ਤਾਂ ADCP ਟ੍ਰੈਫਿਕ ਸਾਡੇ ਨਾਲ ਨੇ। ਸਰ, ਕਿੱਦਾਂ ਦੀ ਕਾਰਵਾਈ ਅੱਜ ਕੀਤੀ ਜਾ ਰਹੀ, ਕਿਉਂਕਿ ਪਹਿਲਾਂ ਸਮਾਂ ਵੀ ਦਿੱਤਾ ਗਿਆ, ਅਵੇਅਰਨੈਸ ਕੈਂਪ ਵੀ ਲਗਾਏ ਗਏ? ਇਸ ਤਰ੍ਹਾਂ ਜੀ, ਅਸੀਂ ਈਵਨ ਕਿ 20 ਤਰੀਕ ਤੱਕ ਜਾ ਕੇ ਸਕੂਲਾਂ ਦੇ ਗੇਟਾਂ 'ਤੇ ਜਾ ਕੇ ਬੱਚਿਆਂ ਨੂੰ ਘੇਰ ਕੇ ਵੀ ਬਰੀਫ ਕੀਤਾ। ਉਹਨਾਂ ਨੂੰ ਅਸੀਂ ਕਿਹਾ ਕਿ ਤੁਸੀਂ ਇਹ ਜਿਹੜੇ ਕਲਾਸਾਂ ਲਾਈਆਂ, ਹਰ ਜਗ੍ਹਾ ਪੇਪਰਾਂ 'ਚ ਦਿੱਤਾ, ਤੁਹਾਡੇ ਮਾਧਿਅਮ ਰਾਹੀਂ ਵੀ ਬਰੀਫ ਕੀਤਾ ਕਿ ਜਿਹੜੀ ਆ 50 CC ਦੀ ਚਲਾ ਸਕਦਾ ਜੇ ਕੋਈ 17 ਸਾਲ ਦਾ ਜੀ। ਲੇਕਿਨ ਇਹ ਵੇਖੋ ਨਾ, 17 ਸਾਲ ਦੀ ਏਜ ਆ, ਲਰਨਿੰਗ ਲਾਇਸੈਂਸ ਆ ਅਤੇ ਬੁਲਟ ਮੋਟਰਸਾਈਕਲ ਚਲਾ ਰਿਹਾ। ਹੁਣ ਇਹ ਤਾਂ ਬਿਲਕੁਲ ਆ ਵੀ ਉਹ ਗੱਲ ਵੀ ਅਸੀਂ ਕਾਨੂੰਨ ਨੂੰ ਨਹੀਂ ਮੰਨਣਾ। ਹੁਣ ਜਿਹੜੇ ਇਹਨਾਂ ਦੇ ਖਿਲਾਫ਼ ਕਾਰਵਾਈ ਹੋਏਗੀ ਅਤੇ ਇਹ ਜਿਹੜੇ ਵਹੀਕਲ ਜਿਹੜੇ ਅਸੀਂ ਬਾਉਂਡ ਕਰ ਰਹੇ ਹਾਂ, ਇਹਨਾਂ ਦੇ ਚਲਾਨ ਕਰ ਰਹੇ ਨੇ, ਇਹਨਾਂ ਨੂੰ ਪੇਰੈਂਟਸ ਜਿਹੜੇ ਆ ਜੱਜ ਸਾਹਿਬ ਬੁਲਾਉਣਗੇ ਅਤੇ ਉਹਨਾਂ ਦੇ ਖਿਲਾਫ਼ ਨਾਲੇ 25,000 ਰੁਪਇਆ ਜੁਰਮਾਨਾ, ਜੇ ਨਹੀਂ ਕਰੇਗਾ ਤਾਂ ਫਿਰ ਜੇਲ੍ਹ ਚੱਤ ਰਹੇਗਾ। ਕਿਤੇ ਨਾ ਕਿਤੇ ਮਾਪੇ ਅਸੀਂ ਸਮਝ ਸਕਦੇ ਹਾਂ ਕਿ ਇਹਨਾਂ ਬੱਚਿਆਂ ਦੀ ਜਾਨ ਨੂੰ ਖੁਦ ਜੋਖਿਮ ਦੇ ਵਿੱਚ ਪਾਉਂਦੇ। ਆਏ ਦਿਨ ਅਸੀਂ ਪੜ੍ਹਦੇ ਹਾਂ ਅਖਬਾਰਾਂ 'ਚ, ਮੀਡੀਆ 'ਚ ਕਿ ਐਕਸੀਡੈਂਟ ਦੇ ਵਿੱਚ ਬੱਚਿਆਂ ਦੀ ਕੀਮਤੀ ਜਾਨ ਚਲੀ ਗਈ। ਕੀ ਇਹਨਾਂ ਦੇ ਮਾਪਿਆਂ ਦੇ ਨਾਲ ਵੀ ਤੁਹਾਡੇ ਵੱਲੋਂ ਸੰਪਰਕ ਕਰਕੇ ਉਹਨਾਂ ਨੂੰ ਇਹ ਦੱਸਿਆ ਜਾਏਗਾ ਕਿ ਇਹ ਤੁਹਾਡੇ ਬੱਚੇ ਗਲਤ ਨੇ ਜਾਂ ਤੁਸੀਂ ਗਲਤ ਕਰਦੇ ਹੋ? ਇੱਥੋਂ ਤੱਕ ਜੀ, ਅਸੀਂ ਤਾਂ ਟੀਚਰਾਂ ਨੂੰ ਸੱਦ ਕੇ, ਟੀਚਰਾਂ ਨੇ ਖੁਦ ਇੰਟਰਸਟ ਲੈ ਕੇ ਕਲਾਸਾਂ 'ਚ ਜਾ ਕੇ ਬੱਚਿਆਂ ਨੂੰ ਬਰੀਫ ਕੀਤਾ, ਹਰ ਬੱਚੇ ਨੂੰ ਬਰੀਫ ਕੀਤਾ, ਪੇਪਰ ਦੇ ਰਾਹੀਂ ਪੇਰੈਂਟਸ ਦੇ ਨਾਲ ਮੀਟਿੰਗਾਂ ਕੀਤੀਆਂ ਸਕੂਲਾਂ ਦੇ ਵਿੱਚ। ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਜਿਹੜੇ ਆ, ਇਹ ਕਾਨੂੰਨ ਬਹੁਤ ਸਖਤ ਆ, ਤੁਸੀਂ ਇਹ ਤੁਹਾਡੇ ਬੱਚਿਆਂ ਦੀ ਸੇਫਟੀ ਵਾਸਤੇ ਆ। ਬਹੁਤ ਸਾਰੇ ਪੇਰੈਂਟਸ ਨੇ ਜਿਹੜਾ ਕਿਹਾ ਵੀ ਬਹੁਤ ਵਧੀਆ ਗੱਲ ਆ, ਅੱਛੀ ਗੱਲ ਆ ਵੀ ਇਹ ਕਾਨੂੰਨ ਆਉਣ ਦੇ ਨਾਲ ਸਾਨੂੰ ਚੰਗਾ ਲੱਗਾ ਵਾ ਅਤੇ ਅਸੀਂ ਆਪਣੇ ਬੱਚਿਆਂ ਨੂੰ ਜਾਂ ਸਾਈਕਲ ਲੈ ਕੇ ਦਿੱਤੇ ਨੇ। ਕਈ ਬੱਚੇ ਪੇਰੈਂਟਸ ਆਪ ਖੁਦ ਛੱਡਣ ਜਾ ਰਹੇ ਨੇ, ਕੱਲ੍ਹ ਕਾਫੀ ਜਗ੍ਹਾ ਦੇ ਬੱਚੇ ਜਿਹੜੇ ਆ ਰਹੇ, ਕੁਝ ਜਿਹੜੇ ਆ ਜਿਹੜੇ ਨਹੀਂ ਮੰਨੇ ਉਹਨਾਂ ਦੀ ਅੱਜ ਅਸੀਂ ਕਾਰਵਾਈ ਕਰ ਰਹੇ ਹਾਂ। ਜਿਹੜਾ ਅੱਜ ਚਲਾਨ ਕੀਤੇ ਜਾਣੇ ਨੇ ਉਹ ਨਵੇਂ ਜਿਹੜੇ ਕਾਨੂੰਨ ਨੇ ਜਾਂ ਨਵੇਂ ਨਿਯਮ ਉਹਦੇ ਤਹਿਤ? ਹਾਂਜੀ, ਨਵੇਂ ਨਿਯਮਾਂ ਤਹਿਤ ਅੱਜ ਚਲਾਨ ਕੀਤੇ ਜਾ ਰਹੇ ਨੇ। ਇਹਦੇ ਵਿੱਚ ਬਕਾਇਦਾ ਇਹ ਵਹੀਕਲ ਜਿਹੜੇ ਅਸੀਂ ਬਾਉਂਡ ਕਰ ਲੈਣੇ ਆ, ਇਹਨਾਂ ਦੇ ਜਿਹੜੇ ਪੇਰੈਂਟਸ ਆ ਉਹ ਨਵੇਂ ਕਾਨੂੰਨ ਤਹਿਤ ਉਹ ਸਮਨਿੰਗ ਹੋਣਗੇ, ਉੱਥੇ ਬਕਾਇਦਾ ਸਮਨਿੰਗ ਹੋ ਕੇ ਉਹਨੂੰ ਕਰ। ਇਹਨੇ ADCP ਟ੍ਰੈਫਿਕ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਜਿਹੜੇ ਨਵੇਂ ਕਾਨੂੰਨ ਲਾਗੂ ਕੀਤੇ ਗਏ ਨੇ ਉਸ ਤਹਿਤ ਇਹਨਾਂ ਬੱਚਿਆਂ ਦੇ ਮਾਪਿਆਂ ਦੇ ਉੱਤੇ ਕਾਰਵਾਈ ਜਿਹੜੀ ਆ ਉਹ ਅਦਾਲਤ ਵੱਲੋਂ ਕੀਤੀ ਜਾਣੀ ਹੈ। ਪਰ ਜੋ ਟ੍ਰੈਫਿਕ ਪੁਲਿਸ ਦਾ ਅਧਿਕਾਰ ਖੇਤਰ ਹੈ ਤਾਂ ਉਹਨਾਂ ਵੱਲੋਂ ਇਹਨਾਂ ਬੱਚਿਆਂ ਨੂੰ ਰੋਕ ਕੇ ਉਹਨਾਂ ਦੇ ਲਾਇਸੈਂਸ ਚੈੱਕ ਕੀਤੇ ਗਏ, ਔਰ ਜਿਹੜੇ ਬੱਚੇ ਉਲੰਘਣਾ ਕਰਦੇ ਪਾਏ ਗਏ ਉਹਨਾਂ ਦੇ ਤੁਸੀਂ ਦੇਖ ਸਕਦੇ ਹੋ ਕਿ ਚਾਹੇ ਕੋਈ ਐਕਟਿਵਾ ਹੈ ਚਾਹੇ ਕੋਈ ਮੋਟਰਸਾਈਕਲ ਹੈ, ਤਾਂ ਇਹਨਾਂ ਸਾਰਿਆਂ ਦੇ ਖਿਲਾਫ਼ ਕਾਰਵਾਈ ਕਰਕੇ ਸਾਰੇ ਜਿਹੜੇ ਵਹੀਕਲ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਗਿਆ। ਔਰ ਹੁਣ ਅੱਗੇ ਅਦਾਲਤ ਦੀ ਕਾਰਵਾਈ ਕੀ ਹੁੰਦੀ ਹੈ, ਕਿਉਂਕਿ 25,000 ਜੁਰਮਾਨਾ ਔਰ ਜਿਹੜੀ 3 ਮਹੀਨੇ ਦੀ ਸਜ਼ਾ ਹੈ ਉਹ ਵੀ ਇਸ ਕਾਨੂੰਨ ਦੇ ਤਹਿਤ ਹੋ ਸਕਦੀ ਹੈ। ਤਾਂ ਅੱਜ ਅੰਮ੍ਰਿਤਸਰ ਦੇ ਵਿੱਚ ਟ੍ਰੈਫਿਕ ਪੁਲਿਸ ਦੀ ਜਿਹੜੀ ਸਖਤੀ ਹੈ ਉਹਨਾਂ ਲੋਕਾਂ ਦੇ ਖਿਲਾਫ਼ ਨਜ਼ਰ ਆ ਰਹੀ ਹੈ ਜਿਹੜੇ ਕਿ ਆਪਣੇ ਮਾਸੂਮ ਬੱਚਿਆਂ ਦੀ ਜ਼ਿੰਦਗੀ ਜਿਹੜੀ ਹੈ ਜੋਖਿਮ ਦੇ ਵਿੱਚ ਪਾ ਕੇ ਉਹਨਾਂ ਨੂੰ ਟੂ ਵੀਲਰ ਦੇ ਉੱਤੇ ਸਕੂਲ ਭੇਜਦੇ ਨੇ। ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਾਜੀਵ ਸ਼ਰਮਾ, ਨਿਊਜ਼ 18 ਅੰਮ੍ਰਿਤਸਰ।